ਟੁਡੇ ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ। ਹੁਣ ਹਰ ਖਬਰ ਤੁਹਾਡੇ ਤੱਕ। ਕੁਲਵੰਤ ਸਿੰਘ ਕੀਤੂ, ਹਲਕਾ ਬਰਨਾਲਾ। ਅੱਜ ਦਾ ਹਰਸਿਮਰਤ ਦਾ ਕਿਸ ਤਰ੍ਹਾਂ ਸਵਾਗਤ ਕਰਦੇ, ਕਿੰਨੇ ਗੱਡੀਆਂ ਦਾ ਕਾਫਲਾ ਨਾਲ ਜਾ ਰਿਹਾ? ਸਾਡੇ ਅੱਜ ਬਰਨਾਲੇ ਹਲਕੇ ਤੋਂ 300 ਗੱਡੀ ਦਾ ਜਿਹੜਾ ਕਾਫਲਾ ਉਹ ਜਾ ਰਿਹਾ ਹੈਗਾ। ਸਵੇਰੇ 8 ਵਜੇ ਤੋਂ ਸ਼੍ਰੀ ਦਮਦਮਾ ਸਾਹਿਬ ਤੋਂ ਬੀਬੀ ਜੀ ਨੇ ਇਹ ਮਾਰਚ ਸ਼ੁਰੂ ਕਰਿਆ। ਤਕਰੀਬਨ ਦਮਦਮਾ ਸਾਹਿਬ ਤੋਂ ਮੋਹਾਲੀ ਤੱਕ ਦੇ ਨਾਲ ਸਾਰੀਆਂ ਸੜਕਾਂ 'ਤੇ ਜਾਮ ਲੱਗ ਚੁੱਕੇ ਹੈਗੇ। ਐਡਾ ਵੱਡਾ ਜਿਹੜਾ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਇਕੱਠ, ਜਿਹੜਾ ਕਿਸਾਨਾਂ ਦੇ ਹਿੱਤ ਲਈ ਕਿਸਾਨਾਂ ਦੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ, ਉਹ ਅੱਜ ਸੜਕਾਂ 'ਤੇ ਉਤਰਿਆ ਆ। ਜਿੰਨਾ ਟਾਈਮ ਸੈਂਟਰ ਸਰਕਾਰ ਇਹ ਬਿੱਲ ਵਾਪਸ ਨਹੀਂ ਲੈਂਦੇ, ਉਨਾ ਟਾਈਮ ਇਹ ਲੜਾਈ ਜਿਹੜੀ ਜਾਰੀ ਰਹੂਗੀ। ਇਸੇ ਤਰ੍ਹਾਂ ਬਰਨਾਲਾ ਤੋਂ ਉਹਨਾਂ ਨੇ ਮੋਹਾਲੀ ਦੁਸਹਿਰਾ ਗਰਾਊਂਡ ਵਿਖੇ, ਉਸ ਤੋਂ ਬਾਅਦ ਰਾਜਪਾਲ ਸਾਹਿਬ ਨੂੰ ਮੰਗ ਪੱਤਰ ਦੇਣ ਜਾਣਾ। ਖਬਰਾਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਬੈਲ ਆਈਕਨ ਵੀ ਦਬਾਓ।